ਵਾਹਿਗੁਰੂ ਜੀ, ਆਓ ਅੱਜ ਆਪਾਂ ਜਾਣੀਏ ਗੁਰਦੁਆਰਾ ਸ਼੍ਰੀ ਤਾੜੀ ਸਾਹਿਬ ਦਾ ਇਤਿਹਾਸ। ਦਸਵੇਂ ਗੁਰੂ ਗੋਬਿੰਦ ਸਿੰਘ ਜੀ 20 ਦਸੰਬਰ ਦੀ ਅੱਧੀ ਰਾਤ ਨੂੰ ਸ਼੍ਰੀ ਅਨੰਦਪੁਰ ਸਾਹਿਬ ਵੱਲੋਂ ਚੱਲੇ। ਸਰਸਾ ਨਦੀ ਉੱਤੇ ਕੁਝ ਪਰਿਵਾਰ ਵਿਛੜ ਗਿਆ। ਰਸਤੇ ਵਿੱਚ ਬੇਅੰਤ ਕੌਤਕ ਕਰਦੇ ਹੋਏ ਵੱਡੇ ਸਾਹਿਬਜ਼ਾਦਿਆਂ ਅਤੇ 40 ਸਿੱਖਾਂ ਸਮੇਤ ਸ਼੍ਰੀ ਚਮਕੌਰ ਸਾਹਿਬ ਜੀ ਦੀ ਗੜੀ ਵਿੱਚ ਆ ਕੇ ਮੋਰਚੇ ਸੰਭਾਲੇ। ਔਰੰਗਜ਼ੇਬ ਦਾ ਭੇਜਿਆ ਹੋਇਆ ਜਰਨੈਲ ਖਵਾਜਾ ਮੁਹੰਮਦ ਨੇ 10 ਲੱਖ ਫੌਜ ਵੱਲੋਂ ਚਾਰੇ ਪਾਸੇ ਘੇਰਾ ਪਾ ਲਿਆ। ਜੰਗ ਸ਼ੁਰੂ ਹੋ ਗਈ। ਗੁਰੂ ਜੀ ਦੇ ਸਾਹਿਬਜ਼ਾਦੇ ਅਤੇ ਕੁਝ ਸਿੰਘ ਸੂਰਮੇ ਇਸ ਧਰਮ ਲੜਾਈ ਵਿੱਚ ਲੱਖਾਂ ਨੂੰ ਮੌਤ ਦੇ ਘਾਟ ਉਤਾਰ ਕੇ ਸ਼ਹੀਦ ਹੋ ਗਏ ਅਤੇ 125,000 ਸੇ ਏਕ ਲੜਾਉਣ ਵਾਲਾ ਕਥਨ ਚਮਕੌਰ ਸਾਹਿਬ ਵਿੱਚ ਪੂਰਾ ਕੀਤਾ। 5 ਪਿਆਰਿਆਂ ਦੀ ਬੇਨਤੀ ਪ੍ਰਵਾਨ ਕਰਦੇ ਹੋਏ ਗੁਰੂ ਜੀ ਨੇ ਗੜੀ ਨੂੰ ਛੱਡ ਦਿੱਤਾ ਅਤੇ ਇਸ ਸਥਾਨ ਉੱਤੇ ਆ ਗਏ। ਉਸ ਸਮੇਂ ਇਸ ਸਥਾਨ ਉੱਤੇ ਪਿੱਪਲ ਦਾ ਬਹੁਤ ਵੱਡਾ ਦਰਖਤ ਸੀ। ਬਾਅਦ ਵਿੱਚ ਰਾਜਪੂਤਾਂ ਨੇ ਇਸ ਜ਼ਮੀਨ ਉੱਤੇ ਜਬਰਨ ਕਬਜ਼ਾ ਕਰਕੇ ਪਿੱਪਲ ਦਾ ਦਰਖਤ ਕੱਟਿਆ ਸੀ। ਉਸ ਪਿੱਪਲ ਦੇ ਪਿੱਛੇ ਜਰਨੈਲ ਖਵਾਜਾ ਮੁਹੰਮਦ ਆਪਣੇ ਸੈਨਿਕਾਂ ਦੁਆਰਾ ਗੁਰੂ ਜੀ ਨੂੰ ਸ਼ਹੀਦ ਕਰਨ ਜਾਂ ਜ਼ਿੰਦਾ ਫੜ ਕੇ ਔਰੰਗਜ਼ੇਬ ਦੇ ਦਰਬਾਰ ਵਿੱਚ ਲੈ ਜਾਣ ਦਾ ਦਾਅਵਾ ਕਰਕੇ ਆਪਣਾ ਡੇਰਾ ਲਗਾ ਕੇ ਬੈਠਾ ਸੀ। ਲੇਕਿਨ ਦੂਸਰੀ ਤਰਫ ਧਰਮ ਦੇ ਰੱਖਿਅਕ ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਅਹੰਕਾਰੀ ਖਵਾਜਾ ਮੁਹੰਮਦ ਨੂੰ 3 ਵਾਰ ਤਾੜੀ ਮਾਰ ਕੇ ਲਲਕਾਰਿਆ। ਇਸ ਤਰ੍ਹਾਂ ਗੁਰੂ ਜੀ ਨੇ ਆਪਣਾ ਜੌਣਾ ਜ਼ਾਹਰ ਕੀਤਾ। ਗੁਰੂ ਜੀ ਬਿਨਾਂ ਕਿਸੇ ਘੋਸ਼ਣਾ 'ਤੇ ਇਹ ਥਾਂ ਛੱਡਣਾ ਨਹੀਂ ਚਾਹੁੰਦੇ ਸਨ। ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਟਿੱਲੇ 'ਤੇ ਪਹੁੰਚ ਕੇ ਜਿੱਥੇ ਹੁਣ ਗੁਰਦੁਆਰਾ ਤਾੜੀ ਸਾਹਿਬ ਹੈ ਤਾੜੀਆਂ ਵਜਾਈਆਂ ਅਤੇ ਕਿਹਾ, ਪੀਰ ਏ ਹਿੰਦ ਮੀਰ ਵੱਧ, ਜਿੱਥੇ ਹਿੰਦ ਦਾ ਪੀਰ ਜਾਂਦਾ ਹੈ। ਸੰਤ ਭਾਰਤ ਦੇ ਵੱਖ ਵੱਖ ਬਿੰਦੂਆਂ ਤੋਂ 3 ਸਿੱਖਾਂ ਨੇ ਵੀ ਰੌਲਾ ਪਾਇਆ। ਇਸ ਨੇ ਘੇਰਾਬੰਦੀ ਕਰਨ ਵਾਲਿਆਂ ਨੂੰ ਹੈਰਾਨ ਕਰ ਦਿੱਤਾ ਅਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਅਤੇ 3 ਸਿੱਖ ਜਲਦੀ ਹੀ ਨੁਕਸਾਨ ਦੇ ਰਾਹ ਤੋਂ ਬਾਹਰ ਹੋ ਗਏ। ਟਿੱਲੇ 'ਤੇ ਗੁਰਦੁਆਰਾ ਉਸ ਸਥਾਨ ਦੀ ਨਿਸ਼ਾਨਦੇਹੀ ਕਰਦਾ ਹੈ ਜਿੱਥੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਤਾੜੀਆਂ ਵਜਾ ਕੇ ਆਪਣੀ ਜਾਨ ਦਾ ਐਲਾਨ ਕੀਤਾ ਸੀ। ਵਾਹਿਗੁਰੂ ਜੀ ਭੁੱਲ ਚੁੱਕ ਮਾਫ਼ ਕਰਨੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।